ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰ ਪਾਲ ਚੈਨਲ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਅਤੇ ਗੱਲ ਕਰਦੇ ਹਾਂ ਮੋਹਾਲੀ ਜ਼ਿਲ੍ਹੇ ਦੀ ਪੁਲਿਸ ਦੀ। ਜੀ ਹਾਂ, ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਵਿੱਚ SSP ਖੁਦ ਪਹੁੰਚਦੇ ਨੇ, SSP ਡਾਕਟਰ ਸੰਦੀਪ ਗਰਗ, ਅਤੇ ਉਹ ਦਾਅਵਾ ਕਰਦੇ ਨੇ ਕਿ ਹੁਣ ਸ਼ਹਿਰ ਖੌਫ ਮੁਕਤ ਹੋ ਗਿਆ। ਜਾਣੀ ਕਿ ਕੁਛ ਦਿਨਾਂ ਪਹਿਲਾਂ ਤਾਂ ਇੱਕ ਖੌਫ ਭਰਿਆ ਮਾਹੌਲ ਜਿਹਾ ਸੀ, ਕਿਉਂਕਿ ਹਥਿਆਰਾਂ ਨਾਲ ਕਿਤੇ ਵੀ ਸੁੰਨਸਾਨ ਜਗ੍ਹਾ 'ਤੇ ਬੰਦੇ ਲੁੱਟਦੇ ਸਨ, ਕਾਰਨ ਕਾਰ ਲਿਜਾ ਕੇ ਵੇਚ ਦਿੰਦੇ ਸਨ। ਜੀ ਹਾਂ, ਇਹ ਦਾਅਵਾ ਡਾਕਟਰ ਗਰਗ ਦਾ ਹੈ, ਡਾਕਟਰ ਸੰਦੀਪ ਗਰਗ ਦਾ, ਜੋ ਕਿ SSP ਮੋਹਾਲੀ ਨੇ। SSP ਮੋਹਾਲੀ ਦਾ ਇਹ ਵੀ ਦਾਅਵਾ ਹੈ ਕਿ ਉਹਨਾਂ ਨੇ 3 ਮੁਲਾਜ਼ਮ ਕਾਬੂ ਕੀਤੇ ਨੇ, ਜਿਹੜੇ ਮੁਲਜ਼ਮ ਨੇ ਕਾਬੂ ਕੀਤੇ ਨੇ ਉਹ ਫਾਜ਼ਿਲਕਾ ਨਾਲ ਸੰਬੰਧਿਤ ਨੇ। ਹੋਰ ਕੀ ਦੱਸਿਆ ਉਹਨਾਂ ਨੇ, ਆਪ ਹੀ ਦੇਖ ਲਓ ਕੀ ਕਹਿੰਦੇ ਨੇ ਪ੍ਰੈਸ ਕਾਨਫਰੰਸ 'ਚ SSP ਮੋਹਾਲੀ। ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹ ਰਿਗਾਰਡਿੰਗ ਜਿਹੜੀ ਪਿਛਲੇ 1 ਮਹੀਨੇ ਦੇ ਵਿੱਚ 2-3 ਕਾਰ ਸਨੈਚਿੰਗ ਦੀਆਂ ਵਾਰਦਾਤਾਂ ਹੋਈਆਂ ਸੀਗੀਆਂ ਉਹਦੇ ਰਿਗਾਰਡਿੰਗ ਹੈ। ਇਹ ਇੱਕ ਗੈਂਗ ਓਪਰੇਟ ਕਰ ਰਿਹਾ ਸੀਗਾ, ਜਿਹੜਾ ਇਹ ਗੈਂਗ ਹੈਗਾ ਇਹ ਫਾਜ਼ਿਲਕਾ ਬੇਸਡ ਗੈਂਗ ਹੈ, ਅਤੇ ਇਹ ਮੋਹਾਲੀ ਆ ਕੇ ਇੱਥੇ ਕਾਰ ਸਨੈਚ ਕਰਦਾ ਸੀਗਾ ਅਤੇ ਉੱਥੇ ਫਾਜ਼ਿਲਕਾ ਵਾਪਸ ਲੈ ਜਾਂਦਾ ਸੀਗਾ। ਇਹਨੇ ਪਿਛਲੇ ਕਰੀਬ 1-1.5 ਮਹੀਨੇ ਦੇ ਵਿੱਚ 3 ਵਾਰਦਾਤਾਂ ਕੀਤੀਆਂ। ਪਹਿਲਾਂ 24 ਨਵੰਬਰ ਨੂੰ ਇਹਨਾਂ ਨੇ ਗਲੈਂਜ਼ਾ ਗੱਡੀ ਜਿਹੜੀ ਸੀਗੀ ਉਹ ਸਨੈਚ ਕੀਤੀ ਸੀਗੀ, ਜਿਹੜੀ ਕਿ ਰਸਤੇ 'ਚੋਂ GPS ਲੱਗਿਆ ਹੋਣ ਕਰਕੇ ਪਲੱਸ ਚਾਬੀ ਦੇ ਕਰਕੇ ਉਹ ਰਸਤੇ 'ਚ ਰੁਕ ਗਈ ਸੀਗੀ। ਸੈਕਿੰਡ, ਇਹਨਾਂ ਨੇ ਇੱਕ ਵਰਨਾ ਗੱਡੀ ਅਗਲੇ ਹੀ ਰਾਤ ਨੂੰ ਇੱਕ ਵਰਨਾ ਗੱਡੀ ਜਿਹੜੀ ਸਨੈਚ ਕੀਤੀ ਸੀਗੀ, ਅਤੇ ਉਸ ਤੋਂ ਬਾਅਦ 18 ਤਰੀਕ ਨੂੰ ਇਹਨਾਂ ਨੇ ਇੱਕ ਸਿਆਜ਼ ਗੱਡੀ ਜਿਹੜੀ ਹੈ ਉਹ ਸਨੈਚ ਕੀਤੀ ਸੀਗੀ। ਤਾਂ ਇਹ 3 ਵਾਰਦਾਤਾਂ ਜਿਹੜੀਆਂ ਸੇਮ ਇੱਕੋ ਹੀ ਗੈਂਗ ਦਾ ਕੰਮ ਸੀਗਾ। ਇਹਨਾਂ ਨੇ ਹੋਂਡਾ ਸਿਵਿਕ ਜਿਹੜੀ ਗੱਡੀ ਹੈ ਉਹਦਾ ਇਸਤੇਮਾਲ ਕਰਦੇ ਹੋਏ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ। ਇਹਦੇ ਵਿੱਚ 4 ਬੰਦੇ ਇਨਵੋਲਵ ਸੀਗੇ, ਅਤੇ ਮੋਹਾਲੀ ਪੁਲਿਸ ਨੇ 4 ਚੋਂ 3 ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਅਤੇ ਵਾਰਦਾਤ ਦੇ ਵਿੱਚ ਇਸਤੇਮਾਲ ਕੀਤੇ ਗਏ 3 ਵੈਪਨ ਰਿਕਵਰ ਹੋ ਗਏ ਨੇ। ਜਿਹੜੀਆਂ ਸਨੈਚਡ ਗੱਡੀਆਂ ਸੀਗੀਆਂ ਉਹ ਵੀ ਰਿਕਵਰ ਹੋ ਗਈ ਹੈ, ਉਹਦੇ ਨਾਲ ਨਾਲ ਜਿਹੜੀ ਹੋਂਡਾ ਸਿਵਿਕ ਜਿਹੜੀ ਸਨੈਚ ਵਾਸਤੇ ਯੂਜ਼ ਹੋਈ ਸੀ ਉਹ ਵੀ ਰਿਕਵਰ ਹੋ ਗਈ ਹੈ। ਹੁਣ ਇਹ 'ਚ ਇੱਕੋ ਹੀ ਬੰਦਾ ਫੜਨ ਵਾਲਾ ਪੈਂਡਿੰਗ ਹੈ ਅਤੇ ਉਹਨੂੰ ਵੀ ਛੇਤੀ ਹੀ ਫੜ ਲਿਆ ਜਾਏਗਾ। ਇਹ 'ਚ ਕੋਈ ਸਪੈਸੀਫਿਕ ਮੋਡਸ ਓਪਰੈਂਡੀ ਨਹੀਂ ਸੀਗੀ, ਇਹ ਆਈਡੈਂਟੀਫਾਈ ਕਰਦੇ ਸੀਗੇ ਕੋਈ ਸੁਨਸਾਨ ਏਰੀਆ ਅਤੇ ਔਡ ਟਾਈਮ ਅਤੇ ਸੁਨਸਾਨ ਏਰੀਆ, ਅਤੇ ਉਸ ਏਰੀਆ ਦੇ ਵਿੱਚ ਆਪਣੀ ਗੱਡੀ ਅੱਗੇ ਲਿਆ ਕੇ ਰੋਕ ਦਿੰਦੇ ਸੀਗੇ, ਅਤੇ ਉਹ ਗੱਡੀ ਦੇ ਵਿੱਚ ਫਿਰ ਪਿਸਟਲ ਦਿਖਾ ਕੇ ਸਨੈਚ ਕਰਦੇ ਸੀ। ਇਹ ਤਾਂ ਪੁੱਛਾਂਗੇ ਹੁਣ, ਫਿਰ ਕਲੀਅਰ ਹੋਊਗਾ। ਰਿਹਾਇਸ਼ ਇਹਨਾਂ ਨੇ ਕਿਤੇ ਨਹੀਂ ਰੱਖੀ ਸੀ, ਫਾਜ਼ਿਲਕਾ ਤੋਂ ਆਉਂਦੇ ਸੀਗੇ ਸਪੈਸ਼ਲੀ, ਅਤੇ ਆ ਕੇ ਫਿਰ ਇੱਥੋਂ ਚੋਰੀ ਕਰਕੇ ਲੈ ਜਾਂਦੇ ਸੀ। ਇਹ ਜਦੋਂ ਫਾਜ਼ਿਲਕਾ ਅਸੀਂ ਗਏ ਹਾਂ ਅਤੇ ਰਾਊਂਡ ਅਪ ਕਰਨ ਵਾਸਤੇ ਸਾਡੀ ਟੀਮ ਦੇ ਵਿੱਚ, ਤਾਂ ਉਹਨਾਂ ਨੇ ਰਜਿਸਟ ਕੀਤਾ, ਵੈਪਨ ਵੀ ਤਾਣਿਆ, ਤਾਂ ਉਹਦੇ ਰਿਗਾਰਡਿੰਗ ਕੋਈ ਮੁੱਠਭੇੜ ਜ਼ਿਆਦਾ ਤਾਂ ਨਹੀਂ ਹੋਈ, ਹਲਕੀ ਫੁਲਕੀ ਸਕਫਲ ਜ਼ਰੂਰ ਹੋਈ ਹੈ, ਅਤੇ ਜਿਹਦੇ ਕਰਕੇ ਅਸੀਂ ਅਰੈਸਟ ਕੀਤਾ ਕਰ ਪਾਏ। ਪਾਸਟ ਕ੍ਰਿਮੀਨਲ ਰਿਕਾਰਡ ਕਾਫੀ ਮਾੜਾ ਹੈ, ਇਹ 'ਚ ਇੱਕ ਤਾਂ 302 ਦਾ ਪਰਚਾ ਹੈ, ਲੜਾਈ ਝਗੜੇ ਦੇ ਪਰਚੇ ਬੇਸਿਕਲੀ, 325, 326, ਆਰਮਸ ਐਕਟ 302, ਇਸ ਟਾਈਪ ਦੇ ਪਰਚੇ। ਇਹ 23-24 ਸਾਲ ਦੇ ਆਸ ਪਾਸ ਹੈ ਸਾਰੇ। ਵਰਨਾ ਕਾਰ ਇਹਨਾਂ ਨੇ ਵੇਚਤੀ ਸੀਗੀ। ਇਨਫੈਕਟ ਜਿਹੜੇ ਖਰੀਦਣ ਵਾਲਾ ਹੈਗਾ ਉਹਦਾ ਵੀ ਅਸੀਂ ਆਈਡੈਂਟੀਫਾਈ ਕਰਕੇ ਉਹ 'ਤੇ ਵੀ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਾਂ। ਇਹ ਹੁਣੇ ਰੀਸੈਂਟਲੀ ਸਟਾਰਟ ਹੋਈ ਸੀਗੀ, ਪੁਰਾਣੀ ਕੋਈ ਵਾਰਦਾਤ ਹਜੇ ਤੱਕ ਸਾਹਮਣੇ ਨਹੀਂ ਆਈ ਹੈ, ਪਰ ਹੁਣ ਇਹਨਾਂ ਦਾ ਰਿਮਾਂਡ ਜਿਹੜਾ ਹੈਗਾ ਉਹ ਕਰੀਬ ਅਸੀਂ 4 ਦਿਨ ਦਾ ਰਿਮਾਂਡ ਇਹਨਾਂ ਦਾ ਲਿਆ ਹੈ, ਅਤੇ ਅੱਗੇ ਵੀ ਹੋਰ ਵੀ ਚੀਜ਼ਾਂ ਕਾਫੀ ਸਾਡੇ ਏਰੀਆ ਦੀਆਂ, ਫਾਜ਼ਿਲਕਾ ਦੇ ਏਰੀਆ ਦੀਆਂ ਖਾਸ ਤੌਰ 'ਤੇ ਚੀਜ਼ਾਂ ਕਾਫੀ ਨਿਕਲਣ ਦੀ ਉਮੀਦ ਹੈ। ਨਹੀਂ, ਹਜੇ ਤੱਕਰ ਕੋਈ ਇਹੋ ਜਿਹਾ ਲਿੰਕ ਸਾਹਮਣੇ ਨਹੀਂ ਆਇਆ, ਬਟ ਅਗੇਨ ਉਹੀ ਨਾ, ਸਾਡੇ ਕੋਲ ਰਿਮਾਂਡ 'ਤੇ ਹੈ ਜੀ, ਪੁੱਛਗਿੱਛ ਚੱਲੇਗੀ, ਹੋਰ ਚੀਜ਼ਾਂ ਸਾਹਮਣੇ ਆਉਣ ਦੀ ਉਮੀਦ ਹੈ, ਪਰ ਫਿਲਹਾਲ ਕੋਈ ਗੈਂਗ ਨਾਲ ਕੋਈ ਰਿਲੇਸ਼ਨ ਨਹੀਂ ਹੈ। ਉਹ ਵੀ ਫਾਜ਼ਿਲਕਾ ਕਾ ਹੀ ਹੈ, ਉਸਕੀ ਡਿਟੇਲ ਹਮਨੇ ਪ੍ਰੈਸ ਨੋਟ ਮੇਂ ਦੇ ਰੱਖੀ ਹੈ। ਇਹ ਅਰਵਿੰਦ ਸੋਢੀ ਹੈ, ਵਾਸੀ ਜਲਾਲਾਬਾਦ, ਇਹ ਬਲਕਿ PO ਹੈ। ਹਾਂ, ਇਹ ਤੁਹਾਨੂੰ ਡਿਟੇਲ ਦੇ ਦਾਂਗੇ, ਇਹ PO ਹੈ, ਇਜ਼ ਅ ਪ੍ਰੋਕਲੇਮਡ ਅਫੈਂਡਰ।
6 मुकदमे ਇਸ ਸੁਪਾਲ ਪ੍ਰੀਤਪਾਲ ਤੇ ਵਰਿਆਸ ਸਿੰਘ ਜਿਹੜਾ ਇਹਨਾਂ ਦਾ ਮਾਸਟਰਮਾਈਂਡ ਕੌਣ ਹੈ ਜਿਹੜਾ ਇਹਨਾਂ ਨੂੰ ਸਾਰਾ ਲੀਡ ਕਰ ਇਹ ਸਾਰੇ ਇਕੱਠੇ ਹੀ ਮਾਸਟਰਮਾਈਂਡ ਹੈ ਕਿਉਂਕਿ ਸਾਰੇ ਇੱਕ ਤੋਂ ਇੱਕ ਚੜ ਕੇ ਹੈ ਇੱਕ ਤੇ 302 ਦਾ ਪਰਚਾ ਹੈ ਇੱਕ ਪੀਓ ਹੈ ਇੱਕ ਤੇ 326 ਦਾ ਪਰਚਾ ਹੈ ਸਿਰਫ ਇੱਕੋ ਹੀ ਬੰਦਾ ਹੈ ਵਰਿਆਮ ਜੀ ਤੇ ਪਹਿਲਾ ਪਰਚਾ ਹੈ ਸਰ ਹਾਊ ਆਰ ਦੇ ਐਪਰੀਹੈਂਡਡ ਪਕੜੇ ਕਿਸੇ ਐਗਜ਼ੈਕਟਲੀ ਤੁਮਨੇ ਇਹ ਆਪਕੋ ਦੇਖੀਏ ਵੋ ਨਾ ਟ੍ਰਿਕਸ ਆਫ ਟ੍ਰੇਡ ਬਹੁਤ ਜ਼ਿਆਦਾ ਤਾਂ ਨਹੀਂ ਬਤਾਉਂਗਾ ਲੇਕਿਨ ਮੋਟਾ ਮੋਟਾ ਸੇ ਇਹ ਹੈ ਕਿ ਟੈਕਨੀਕਲ ਇਨਪੁਟ ਵੀ ਥਾ ਹਿਊਮਨ ਇਨਪੁਟ ਵੀ ਥਾ ਔਰ ਹਮਾਰੀ ਟੀਮ ਨੇ ਬਹੁਤ ਜ਼ਿਆਦਾ ਇਸ ਮੇ ਐਫਰਟ ਕੀ ਹੈ ਬਹੁਤ ਜ਼ਿਆਦਾ ਮਿਹਨਤ ਕੀ ਹੈ ਇਨਫੈਕਟ ਆਈ ਵੁੱਡ ਸੇ 18 ਤਾਰੀਖ ਜਬ ਸੇ ਇੰਸੀਡੈਂਟ ਹੁਆ ਹੈ 18 ਸੇ ਲੈ ਕੇ ਕੱਲ ਤੱਕ ਹਮਾਰੀ ਟੀਮ ਬਿਲਕੁਲ ਹੀ ਆਪ ਇਹ ਮਾਨੀਏ ਦਿਨ ਰਾਤ ਲੱਗੀ ਹੋਈ ਥੀ ਯਹਾਂ ਸੇ ਟਰੈਕ ਕਰਤੇ ਕਰਤੇ ਫਾਜ਼ਿਲਕਾ ਤੱਕ ਗਈ ਹੈ ਬਿਲਕੁਲ ਹੀ ਅਨਟ੍ਰੇਸਡ ਕੇਸ ਦਾ ਕੋਈ ਲੀਡ ਨਹੀਂ ਥੀ ਇਸਮੇ ਲੀਡ ਨਿਕਾਲੀ ਗਈ ਲੀਡ ਬਣਾਈ ਗਈ ਔਰ ਆਗੇ ਫਾਜ਼ਿਲਕਾ ਸੇ ਜਾ ਕੇ ਬੰਦੇ ਉਠਾਏ ਗਏ ਐਸਾ ਵੀ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਕੋਈ ਲੋਕਲ ਇਨਵੋਲਵਮੈਂਟ ਵੀ ਸ਼ਾਮਿਲ ਹੈ ਜਾਂ ਫਿਰ ਸੇਮ ਡੇ ਇਹ ਆ ਕੇ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਫਿਰ ਚੱਲ ਜਾਂਦੇ ਇਹ ਸਾਡਾ ਮੇਨ ਹੈ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਸਾਡਾ ਪੁੱਛਗਿੱਛ ਦਾ ਮੇਨ ਹੈ ਹਾਈ ਤੱਕਰ ਦੀ ਪੁੱਛਗਿੱਛ ਤੋਂ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਹੈ ਪਰ ਹਾਂ ਇਹ ਸਾਡਾ ਮੇਨ ਸਾਡਾ ਵੀ ਮੇਨ ਪੁਆਇੰਟ ਹੈ ਜੇ ਕੋਈ ਲੋਕਲ ਇਹਨਾਂ ਦੀ ਠਾਰ ਸੀ ਜਾਂ ਮੇਨ ਕੋਈ ਇਨਵੋਲਵਮੈਂਟ ਸੀ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹ ਹਾਈ ਐਂਡ ਗੱਡੀਆਂ ਜਿਹੜੀਆਂ ਮਹਿੰਗੀਆਂ ਵਿਕ ਜਾਣ ਜਿਹੜੀਆਂ ਈਜ਼ੀ ਵਿਕ ਜਾਣ ਅਤੇ ਮਹਿੰਗੀਆਂ ਵਿਕ ਜਾਣ ਉਹ ਇਹ ਟਾਰਗੇਟ ਜਿਵੇਂ ਪਹਿਲਾਂ ਵਰਨਾ ਲਿੱਤੀ ਫਿਰ ਉਦੋਂ ਬਾਅਦ ਸਿਆਜ ਲਿੱਤੀ ਤਾਂ ਉਸ ਹਿਸਾਬ ਨਾਲ ਟਾਰਗੇਟ ਕਰਦੇ ਸੀ ਅਗਰ ਤੋਂ ਉਹੀ ਹੈ ਅਗਰ ਜਾਣ ਕੇ ਲਈ ਹੈ ਫਿਰ ਤੋਂ ਇਨਵੋਲਵਡ ਹੈ ਅਗਰ ਬਿਨ ਅਣਜਾਣੇ ਮੇਂ ਲਈ ਹੈ ਤਾਂ ਓਬਵੀਅਸਲੀ ਜੋ ਹੈ ਉਹ ਜੋ ਸਹੀ ਹੈ ਉਸ ਹਿਸਾਬ ਸੇ ਕਰ ਰਹੀ ਹੈ